ਸਾਡਾ ਇਤਿਹਾਸ ਸਾਡੀ ਅਸਲ ਪਹਿਚਾਨ ਨੂੰ ਦਰਸਾਉਂਦਾ ਹੈ ਤੇ ਜੋ ਕੌਮ ਆਪਣੇ ਇਤਿਹਾਸ ਤੋਂ ਵਾਕਿਫ ਹੁੰਦੀ ਹੈ ਉਸ ਦੀ ਜੜ ਓਨੀ ਹੀ ਮਜ਼ਬੂਤ ਹੁੰਦੀ ਹੈ ਇਤਿਹਾਸ ਨੂੰ ਸੰਭਾਲਨ ਅਤੇ ਪੀੜੀਦਰ ਪੀੜੀ ਅੱਗੇ ਤੋਰਨ ਦਾ ਕਾਰਜ ਜਿੰਨਾ ਮਹਾਨ ਹੁੰਦਾ ਹੈ ਓਨਾ ਹੀ ਮੁਸ਼ਕਿਲ ਵੀ ਚੰਡੀਗੜ੍ਹ ਦੇ ਸੈਕਟਰ 28 ਵਿੱਚ ਸਥਾਪਿਤ ਪੰਜਾਬ ਡਿਜੀਟਲ ਲਾਇਬ੍ਰੇਰੀ ਇਸ ਮਹਾਨ ਕਾਰਜ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਨਿਰਮਾਤਾ ਸਰਦਾਰ ਦਵਿੰਦਰ ਸਿੰਘ ਪੰਜਾਬ ਅਤੇ ਸਿੱਖਾ ਦੇ ਇਤਿਹਾਸ ਨੂੰ ਆਧੁਨਿਕ ਕਰਨ ਨਾਲ ਡਿਜੀਟਲ ਕਰ ਰਹੇ ਨੇ ਅਤੇ ਵਿਸ਼ਵ ਦੇ ਵਿੱਚ ਇਸ ਦਾ ਪਸਾਰਾ ਕਰ ਰਹੇ ਨੇ ਕਹਿੰਦੇ ਨੇ ਜਿਸ ਵਿਅਕਤੀ ਨੇ ਆਪਣਾ ਮੂਲ ਪਛਾਣਨਾ ਹੋਵੇ ਤਾਂ ਉਸ ਨੂੰ ਉਸ ਦੇ ਇਤਿਹਾਸ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸਾਡਾ ਇਤਿਹਾਸ ਸਾਡਾ ਮੁੱਢ ਹੁੰਦਾ ਹੈ ਤੇ ਅੱਜ ਅਸੀਂ ਅਜੇ ਹੀ ਇੱਕ ਜਗ੍ਹਾ ਤੇ ਖੜੇ ਹਾਂ ਜੋ ਸਾਡੇ ਇਤਿਹਾਸ ਨੂੰ ਜੋੜ ਕੇ ਰੱਖਣ ਲਈ ਸਾਡੇ ਇਤਿਹਾਸ ਨੂੰ ਇਕੱਠਾ ਕਰਕੇ ਰੱਖਣ ਦਾ ਬਹੁਤ ਵੱਡਾ ਕਾਰਜ ਕਰ ਰਹੀ ਹੈ ਜੀहां ਮੈਂ ਜਿਸ ਦਾ ਜ਼ਿਕਰ ਕਰ ਰਹੇ ਹਾਂ ਉਸ ਦਾ ਨਾਮ ਹੈ ਪੰਜਾਬ ਡਿਜੀਟਲ ਲਾਇਬ੍ਰੇਰੀ ਤੇ ਆਓ ਇਸ ਲਾਇਬ੍ਰੇਰੀ ਦੇ ਨਿਰਮਾਤਾ ਸਰਦਾਰ ਦਵਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹਾਂ ਤੇ ਜਾਣਦੇ ਹਾਂ ਇਸ ਲਾਇਬ੍ਰੇਰੀ ਬਾਰੇ ਸਤਿ ਸ਼੍ਰੀ ਅਕਾਲ ਦਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਪਹਿਲਾ ਤੇ ਸਦਾ ਦਾ ਸਵਾਲ ਹੈ ਜੀ ਇਸ ਲਾਇਬ੍ਰੇਰੀ ਨੂੰ ਬਣਾਉਣ ਦਾ ਤੁਹਾਡਾ ਉਦੇਸ਼ ਤੁਹਾਡਾ ਮੰਤਵ ਕੀ ਹੈ ਲਾਇਬ੍ਰੇਰੀ ਨੂੰ ਬਣਾ ਜਦੋਂ ਅਸੀਂ ਪਲਾਨ ਕੀਤਾ ਤੇ ਉਹਦਾ ਮੰਤਵ ਇਹ ਹੈਗਾ ਕਿ ਜਿਹੜੀਆਂ ਚੀਜ਼ਾਂ ਸਾਡੇ ਤੱਕ ਸਾਡੇ ਬਜ਼ੁਰਗਾਂ ਤੋਂ ਪਹੁੰਚ ਰਹੀਆਂ ਹੈਗੀਆਂ ਉਹਨਾਂ ਨੂੰ ਅਸੀਂ ਨਵੀਂ ਟੈਕਨੋਲੋਜੀ ਦੇ ਵਿੱਚ ਸੰਭਾਲ ਕੇ ਅਗਲੀਆਂ ਜਨਰੇਸ਼ਨਸ ਤੱਕ ਪਹੁੰਚਾਈਏ ਕਿਉਂਕਿ ਉਹ ਜਿਸ ਤਰੀਕੇ ਦੇ ਨਾਲ ਸਾਡੇ ਕੋਲ ਪਹੁੰਚੀਆਂ ਉਸੇ ਰੂਪ ਦੇ ਵਿੱਚ ਉਹ ਅੱਗੇ ਤੱਕ ਨਹੀਂ ਬਚਾਈਆਂ ਜਾ ਸਕਦੀਆਂ ਜੀ ਜੀ ਤੇ ਜਦੋਂ ਤੁਸੀਂ ਮਤਲਬ ਲਾਇਬ੍ਰੇਰੀ ਬਣਾਉਣ ਦੀ ਸੋਚੀ ਜਾਂ ਤੁਹਾਨੂੰ ਕਿੰਨਾ ਵਕਫਾ ਲੱਗਿਆ ਇਸ ਚੀਜ਼ ਨੂੰ ਕਿਉਂਕਿ ਆਧੁਨਿਕੀਕਰਨ ਕਰਨਾ ਡਿਜੀਟਲ ਬਣਾਉਣੀ ਇੱਕ ਤਰ੍ਹਾਂ ਦੀ ਬਹੁਤ ਵੱਡਾ ਕਾਰਜ ਹੈ ਤੇ ਟੋਟਲ ਕਿੰਨਾ ਸਮਾਂ ਤੁਹਾਨੂੰ ਇਸ ਪ੍ਰੋਜੈਕਟ ਵਿੱਚ ਲੱਗਿਆ ਜੀ ਪ੍ਰੋਜੈਕਟ ਨੂੰ ਪਲਾਨ ਕਰਨ ਦੇ ਵਿੱਚ ਕਰੀਬ 3-4 ਸਾਲ ਲਗਾਏ ਸੀ ਓਕੇ 2003 ਤੋਂ ਪਹਿਲਾਂ ਜੀ 1999 ਤੋਂ ਸ਼ੁਰੂ ਹੋ ਕੇ ਜੀ ਤੇ 2003 ਤੋਂ ਜਦੋਂ ਅਸੀਂ ਸ਼ੁਰੂ ਕੀਤਾ ਤੇ ਉਦੋਂ ਵੀ ਸਾਨੂੰ ਇਹ ਅੰਦਾਜ਼ਾ ਨਹੀਂ ਸੀਗਾ ਕਿ ਕਿੰਨਾ ਵੱਡਾ ਵੋਲਿਊਮ ਅਵੇਲੇਬਲ ਹੈਗਾ ਜੀ 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 ਕਿਉਂਕਿ ਅਸੀਂ ਇਹੀ ਸੁਣਦੇ ਵੱਡੇ ਹੋਏ ਸੀਗੇ ਕਿ ਚੀਜ਼ਾਂ ਸੜ ਗਈਆਂ ਚੀਜ਼ਾਂ ਤਬਾਹ ਹੋ ਗਈਆਂ ਸਾਨੂੰ ਅੰਦਾਜ਼ਾ ਨਹੀਂ ਸੀਗਾ ਕਿ ਕਿੰਨਾ ਸਾਰਾ ਸਮਾਨ ਪਿਆ ਹਲੇ ਤੇ ਉਹਦਾ ਅੰਦਾਜ਼ਾ ਸਾਨੂੰ 2003 ਤੋਂ ਲੈ ਕੇ 2006 ਤੱਕ 4 ਸਾਲਾਂ ਦੇ ਵਿੱਚ ਹੋਇਆ ਜੀ ਜਦੋਂ ਅਸੀਂ ਪ੍ਰੋਪਰਲੀ ਕੈਲਕੂਲੇਟ ਕਰ ਸਕੇ ਕਿ ਸਾਨੂੰ ਕੀ ਰਿਸੋਰਸਸ ਚਾਹੀਦੇ ਹੈਗੇ ਆ ਤੇ ਕਿੰਨਾ ਸਮਾਂ ਲੱਗੇਗਾ ਚੀਜ਼ਾਂ ਨੂੰ ਡਿਜੀਟਾਈਜ਼ ਕਰਨ ਲਈ ਅ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਿੰਨਾ ਸਾਡਾ ਇਤਿਹਾਸ ਸੜ ਚੁੱਕਿਆ ਹੈ ਜਾਂ ਕਿੰਨਾ ਸਾਡੇ ਕੋਲ ਬਚਿਆ ਹੈ ਜਦੋਂ ਤੁਸੀਂ ਐਦਾਂ ਇਤਿਹਾਸ ਇਕੱਠਾ ਕਰਨ ਲੱਗੇ ਜਾਂ ਕਰਨ ਲਈ ਤੁਸੀਂ ਐਦਾਂ ਉਪਰਾਲਾ ਛੇੜਿਆ ਤਾਂ ਤੁਹਾਨੂੰ ਕੀ ਕੀ ਮੁਸ਼ਕਲਾਂ ਆਈਆਂ ਇਹ ਵਿੱਚ ਸਭ ਤੋਂ ਪਹਿਲੇ ਤੇ ਕੋਈ ਸਾਨੂੰ ਜਾਣ ਵਾਕਫ ਨਹੀਂ ਸੀਗੇ ਸਾਡੇ ਅਸੀਂ ਸਿਰਫ ਇੱਕ ਦਿਲ ਚ ਚਾਹ ਲੈ ਕੇ ਤੁਰੇ ਸੀਗੇ ਕੋਈ ਬੈਕਗਰਾਉਂਡ ਤੇ ਨਹੀਂ ਸੀਗੀ ਉਸ ਫੀਲਡ ਦੀ ਤਾਂ ਨੋਬਡੀ ਨਿਊ ਅਬਾਊਟ ਅਸ ਤਾਂ ਲੋਕ ਇਹ ਕਹਿੰਦੇ ਸੀਗੇ ਕਿ ਪਹਿਲਾਂ ਤਾਂ ਲੋਕਾਂ ਨੂੰ ਇਹ ਸਮਝ ਨਹੀਂ ਸੀ ਕਿ ਡਿਜੀਟਾਈਜੇਸ਼ਨ ਹੁੰਦੀ ਕੀ ਹੈਗੀ ਹੈ ਉਹਨਾਂ ਨੂੰ ਇਹ ਸਮਝਾਣਾ ਕਿ ਕੀ ਹੋਏਗਾ ਨਾ ਸਾਡੇ ਕੋਲ ਲੈਪਟਾਪ ਵੀ ਕੋਈ ਨਹੀਂ ਸੀਗਾ ਉਦੋਂ ਅਸੀਂ ਡੈਸਕਟਾਪ ਹੀ CPU ਦੇ ਨਾਲ ਬੱਸ ਵਿੱਚ ਲੈ ਕੇ ਪਿੰਡ ਵਿੱਚ ਜਾਣਾ ओके ਉਹਨਾਂ ਨੂੰ ਦਿਖਾਣਾ ਉੱਥੇ ਸੈਟਅਪ ਕਰਕੇ ਕਿ ਜਦੋਂ ਤੁਹਾਡੀ ਮੈਨੂਸਕ੍ਰਿਪਟ ਡਿਜੀਟਾਈਜ਼ ਹੋ ਜਾਏਗੀ ਤਾਂ ਕਿਵੇਂ ਦੀ ਲੱਗੇਗੀ ਕੰਪਿਊਟਰ ਦੇ ਉੱਪਰ ਜੀ ਤਾਂ ਉਹਨਾਂ ਨੂੰ ਸਮਝ ਆਣਾ ਜਦੋਂ ਉਹਨਾਂ ਨੂੰ ਸਮਝ ਆ ਜਾਣੀ 5-4 ਵਿਜ਼ਿਟਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਇਹ ਤਾਂ ਸਰਕਾਰ ਦਾ ਕੰਮ ਹੈਗਾ ਓਕੇ ਤੁਸੀਂ ਕਿਉਂ ਕਰ ਰਹੇ ਏਗੇ ਉਹ ਜੀ ਤੇ ਇੱਕ ਇੱਕ ਮੈਨੂਸਕ੍ਰਿਪਟ ਵਾਸਤੇ ਸਾਨੂੰ ਤੁਹਾਡੀ ਗੱਲ ਕੱਟ ਰਿਹਾ ਤੁਸੀਂ ਕਹਿੰਦੇ ਸਰਕਾਰ ਦਾ ਕੰਮ ਹੈਗਾ ਤੇ ਜਦੋਂ ਤੁਹਾਨੂੰ ਐਦਾਂ ਲੋਕ ਸਰਕਾਰ ਦਾ ਨਾਮ ਦੇ ਕੇ ਤੁਹਾਨੂੰ ਕਹਿੰਦੇ ਸਰਕਾਰ ਤੁਸੀਂ ਕਦੇ ਸਰਕਾਰ ਤੱਕ ਪਹੁੰਚ ਕੀਤੀ ਐ ਇਸ ਕੰਮਲੇ ਸਰਕਾਰ ਤੱਕ ਅਸੀਂ ਪਹੁੰਚ ਜਿਹੜੀ ਕੀਤੀ ਉਹ ਇਹ ਕੀਤੀ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਪਈਆਂ ਹੈਗੀਆਂ ਜੀ ਉਹ ਜਾਂ ਤੇ ਸਾਨੂੰ ਡਿਜੀਟਾਈਜ਼ ਕਰਨ ਦਿਓ ਹਾਂਜੀ ਹਾਂਜੀ ਜਾਂ ਤੁਸੀਂ ਆਪ ਉਹਨਾਂ ਦਾ ਕੋਈ ਡਿਜੀਟਲ ਡਿਜੀਟਾਈਜ਼ ਕਰਨ ਦਾ ਉਪਰਾਲਾ ਕਰੋ ਤੇ ਉਸ ਪਰਪਸ ਲਈ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਤੇ ਅਸੀਂ ਜੋ ਕੁਝ ਪੰਜਾਬ ਸਟੇਟ ਆਰਕਾਈਵਸ ਦੇ ਕੋਲ ਪਿਆ ਉਹ ਕਰੀਬ 2013 ਔਨਵਰਡਸ ਡਿਜੀਟਾਈਜ਼ ਕਰ ਰਹੇ ਆਗੇ ਅੱਛਾ ਤੇ ਕੋਈ ਵਿੱਤੀ ਸਹਾਇਤਾ ਕੋਈ ਪੰਜਾਬ ਸਰਕਾਰ ਵੱਲੋਂ ਉਸ ਟਾਈਮ ਮਿਲੀ ਨਹੀਂ ਵਿੱਤੀ ਸਹਾਇਤਾ ਅਸੀਂ ਮੰਗੀ ਵੀ ਨਹੀਂ ਅੱਛਾ ਜੀ ਤੇ ਕੋਈ ਆਫਰ ਵੀ ਨਹੀਂ ਹੋਈ ਉਦਾਂ ਓਕੇ ਤੇ ਜਦੋਂ ਮਤਲਬ ਤੁਸੀਂ ਡਾਟਾ ਇਕੱਠਾ ਕਰਨ ਲੱਗੇ ਉਦੋਂ ਤੁਸੀਂ ਕੋਈ ਦਾਇਰਾ ਬਣਾਇਆ ਹੋ ਜਿਹਾ ਅਸੀਂ ਇਸ ਲੈਵਲ ਦਾ ਡਾਟਾ ਇਕੱਠਾ ਕਰਨਾ ਹੈ ਜਾਂ ਸਿਰਫ ਇਸ ਕੌਮ ਦਾ ਕਰਨਾ ਹੈ ਜਾਂ ਇਦਾਂ ਜਾਂ ਲੈਂਗੁਏਜ ਦਾ ਕਰਨਾ ਹੈ ਇਦਾਂ ਦਾ ਕੋਈ ਮਨ 'ਚ ਖਿਆਲ ਆਇਆ ਸੀ ਹਾਂਜੀ ਉਹ ਡੈਫੀਨਿਟਲੀ ਆਇਆ ਸੀਗਾ ਉਹ ਅਸੀਂ ਪਲਾਨ ਕੀਤਾ ਕਿ ਅਸੀਂ ਕੀ ਡਿਜੀਟਾਈਜ਼ ਕਰਨਾ ਹੈਗਾ ਸੋ ਡਿਸਕ੍ਰਿਮੀਨੇਟ ਕਰਨਾ ਸਾਨੂੰ ਸਿਖਾਇਆ ਨਹੀਂ ਗਿਆ ਹੈਗਾ ਸੋ ਡਿਸਕ੍ਰਿਮੀਨੇਸ਼ਨ ਸਾਡੇ ਡੀਐਨਏ ਵਿੱਚ ਹੀ ਨਹੀਂ ਹੈਗੀ ਸੋ ਪਲਾਨ ਵਾਸ ਕੇ ਅਸੀਂ ਪੰਜਾਬ ਨਾਲ ਸੰਬੰਧਿਤ ਜੀ ਹਰ ਇੱਕ ਰਿਲੀਜਨ ਦਾ ਹਰ ਇੱਕ ਸਬਜੈਕਟ ਦੇ ਉੱਪਰ ਹਰ ਇੱਕ ਸਕ੍ਰਿਪਟ ਵਿੱਚ ਹਰ ਇੱਕ ਲੈਂਗੁਏਜ ਵਿੱਚ ਜੋ ਕੁਝ ਵੀ ਹੈਗਾ ਉਹ ਡਿਜੀਟਾਈਜ਼ ਕਰਾਂਗੇ ਤੇ ਵੈਨ ਵੀ ਸੇ ਪੰਜਾਬ ਪੰਜਾਬ ਮੀਨਸ ਪੰਜਾਬ ਅੱਜ ਦਾ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਮੇਜਰ ਪਾਰਟ ਆਫ ਪਾਕਿਸਤਾਨ ਤੇ ਸਰ ਤੁਸੀਂ ਹੁਣ ਤੱਕ ਕਿੰਨਾ ਡਾਟਾ ਇਕੱਠਾ ਕਰ ਚੁੱਕੇ ਹੋ ਮਤਲਬ ਇਹੋ ਜੀ ਕਿਹੜੀ ਪੁਰਾਣੀ ਜਾਂ ਯੂਨਿਕ ਚੀਜ਼ ਜੋ ਤੁਸੀਂ ਹੁਣ ਤੱਕ ਇਕੱਠੀ ਕਰ ਚੁੱਕੇ ਹੋ ਉਹਦੇ ਕੋਲ ਹੁਣ ਤੱਕ ਅਸੀਂ ਕਰੀਬ 17 ਮਿਲੀਅਨ ਪੇजेस ਡਿਜੀਟਾਈਜ਼ ਕਰ ਚੁੱਕੇ ਹਾਂ ਜਿਹਦੇ ਵਿੱਚ ਜੇ ਮੈਂ ਮੋਟਾ-ਮੋਟਾ ਅੰਦਾਜ਼ਾ ਲਗਾਵਾ ਤਾਂ ਕਰੀਬ-ਕਰੀਬ 7-8 ਮਿਲੀਅਨ ਉਹ ਜਿਹੇ ਡਾਕੂਮੈਂਟਸ ਹੈਗੇ ਆ ਜਿਨ੍ਹਾਂ ਦੀ ਜਾਂ ਤਾਂ ਸਿੰਗਲ ਕਾਪੀ ਹੈਗੀ ਆ ਜੀ ਜਾਂ ਉਹ ਬਹੁਤ ਐਕਸਟ੍ਰੀਮਲੀ ਰੇਅਰ ਹੈਗੇ ਆ ਜੀ ਜਿਵੇਂ ਜਿਹੜੇ ਆ ਜਿਹੜਾ ਬ੍ਰਿਟਿਸ਼ ਪੰਜਾਬ ਦੇ ਡਾਕੂਮੈਂਟਸ ਹੈਗੇ ਆ ਜਿਹੜੇ ਰਿਕਾਰਡਸ ਹੈਗੇ ਆ ਉਹਨਾਂ ਦੀ ਹோம் ਡਿਪਾਰਟਮੈਂਟ ਦੀਆਂ ਫਾਈਲਸ ਹੈ ਉਹਨਾਂ ਦੇ ਫੋਰਨ ਅਫੇਅਰਸ ਦੀਆਂ ਫਾਈਲਸ ਹੈਗੀਆਂ ਦੇ ਆਨਲੀ देयर आर ਉਹਨਾਂ ਦੀ ਸਿਰਫ ਸਿੰਗਲ ਕਾਪੀ ਹੈਗੀ ਹੈ ਤੇ ਉਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈਗਾ ਸੋ ਪੰਜਾਬ ਸਰਕਾਰ ਕੋਲ ਹੈਗੀਆਂ ਉਹ ਉਹਨਾਂ ਲਈ ਅਸੀਂ ਡਿਜੀਟਾਈਜ਼ ਕੀਤੀਆਂ ਸਾਰੀਆਂ ਤੇ ਸੰਭਾਲੀਆਂ ਹੈਗੀਆਂ ਉਹ ਉਸ ਤੋਂ ਇਲਾਵਾ ਹੋਰ ਕਿੰਨੀਆਂ ਹੀ ਕਿਤਾਬਾਂ ਜਿਹੜੀਆਂ ਪੰਜਾਬ ਬਾਰੇ ਲਿਖੀਆਂ ਗਈਆਂ ਬਟ ਉਹ ਪੰਜਾਬ ਦੇ ਹਿਸਟੋਰੀਅਨਸ ਨੂੰ ਵੀ ਨਹੀਂ ਪਤਾ ਹੈਗੀਆਂ ਅਸੀਂ ਤੇ ਉਹਨਾਂ ਦਾ ਕਿਤੇ ਰੈਫਰੈਂਸ ਵੀ ਨਹੀਂ ਆਉਂਦਾ ਕਿਤੇ ਜ਼ਿਕਰ ਵੀ ਨਹੀਂ ਆਉਂਦਾ ਹੈਗਾ ਮੈਂ ਦੋ ਕਿਤਾਬਾਂ ਦਾ ਜ਼ਿਕਰ ਕਰਦਾ ਉਹਦੇ ਵਿੱਚ ਇੱਕ ਕਿਤਾਬ 1782 ਦੇ ਵਿੱਚ छਪੀ ਜੀ ਮੈਪ ਆਫ ਹਿੰਦੁਸਤਾਨ ਹਿੰਦੁਸਤਾਨ ਇੱਕ ਰੀਜਨ ਦਾ ਨਾਮ ਹੈਗਾ ਨਾ ਕਿਸੇ ਦੇਸ਼ ਦਾ ਨਾਮ ਨਹੀਂ ਆ ਉਸ ਵੇਲੇ ਉਸ ਸਮੇਂ ਇੱਕ ਰੀਜਨ ਦਾ ਨਾਮ ਸੀ ਹਾਂਜੀ ਤੇ ਉਹਦੇ ਵਿੱਚ ਉਹ ਵਕਰੇ ਵਕਰੇ ਦੇਸ਼ ਹੈ ਸਾਰੇ ਰੀਜਨ ਵਿੱਚ ਵਕਰੀਆਂ ਵਕਰੀਆਂ ਬਾਉਂਡਰੀਜ਼ ਹੈ ਜੇਮਸ ਰੈਨਲਡ ਦੀ ਲਿਖੀ ਹੋਈ ਕਿਤਾਬ ਹੈਗੀ ਆ ਉਹ ਜੇਮਸ ਰੈਨਲ ਰੈਨਲ ਗੋਡਫਾਦਰ ਫਿਗਰ ਹੈ ਅੱਜ ਵੀ ਉਸ ਡਿਪਾਰਟਮੈਂਟ ਵਾਸਤੇ ਤੇ ਹੀ ਵਾਸ ਅਪੋਇੰਟਡ ਫਰਸਟ ਸਰਵੇਅਰ ਜਰਨਲ ਆਫ ਇੰਡੀਆ ਬਾਈ ਦ ਕੰਪਨੀ ਉਹਦੇ ਵਿੱਚ ਉਹ ਜਿਹੜਾ ਮਿਸਲ ਪੀਰੀਅਡ ਵੇਲੇ ਪੰਜਾਬ ਹੈਗਾ ਉਹਦੀ ਬਾਉਂਡਰੀ ਡਰਾ ਕਰਦੇ ਹੈਗੇ ਆ ਠੀਕ ਹੈ ਕਿਉਂਕਿ ਰਣਜੀਤ ਸਿੰਘ ਇਜ਼ ਨਾਟ ਔਨ ਦ ਸੀਨ ਐਟ ਦਟ ਟਾਈਮ ਸੋ ਜਿਹੜਾ ਮਿਸਲ ਪੀਰੀਅਡ ਵੇਲੇ ਪੰਜਾਬ ਹੈ ਉਹਦੀ ਬਾਉਂਡਰੀ ਡਰਾ ਕਰਦੇ ਆ ਤੇ ਉਹਦੇ ਬਾਰੇ ਲਿਖਦੇ ਵੀ ਹੈਗੇ ਆ ਤੇ ਉਹਦੇ ਵਿੱਚ ਜੋ ਲਿਖਿਆ ਹੋਇਆ ਉਹ ਵੀ ਬਹੁਤ ਇੰਟਰਸਟਿੰਗ ਹੈਗਾ ਇੱਕ ਕਿਤਾਬ ਲਿਖੀ ਗਈ 1853 ਵਿੱਚ છਪੀ ਜਰਮਨ ਦੇ ਪ੍ਰਿੰਸ ਸੀਗੇ ਪ੍ਰਿੰਸ ਆਫ ਪਰਸ਼ੀਆ ਜੀ ਜੀ ਵੋਲਡਮਰ ਉਹਨਾਂ ਉਹ ਉਹਨਾਂ ਨੇ ਵਿਜ਼ਿਟ ਕੀਤਾ ਪੰਜਾਬ ਨੂੰ 1845 ਵਿੱਚ ਤੇ ਬ੍ਰਿਟਿਸ਼ ਵੱਲੋਂ ਪਾਰਟਿਸਿਪੇਟ ਵੀ ਕੀਤਾ ਫਰਸਟ ਐਂਗਲੋ ਸਿੱਖ ਵਾਰ ਦੇ ਵਿੱਚ ਓਕੇ ਤੇ ਉਹਨਾਂ ਨੇ ਬਹੁਤ ਡਰਾਇੰਗਸ ਬਣਾਈਆਂ ਹੀ ਵਾਸ ਐਨ ਆਰਟਿਸਟ ਤੇ ਜਾਣ ਲੱਗੇ ਆ ਬ੍ਰਿਟਿਸ਼ ਨੇ ਉਹਨਾਂ ਨੂੰ ਦੋ ਸਿੱਖਾਂ ਦੀਆਂ ਬਹੁਤ ਸੋਹਣੀਆਂ ਜਿਹੜੀਆਂ ਤੋਪਾਂ ਸੀਗੀਆਂ ਉਹੀ ਪ੍ਰੈਜ਼ੈਂਟ ਕੀਤੀਆਂ ਜੀ ਉਹ ਲੈ ਕੇ ਉਹਨਾਂ ਨੂੰ ਜਰਮਨੀ ਗਏ ਜਾ ਕੇ ਉਹਨਾਂ ਨੇ ਉੱਥੇ ਕਿਤਾਬ ਲਿਖੀ ਤੇ ਕਿਤਾਬ ਦੇ ਵਿੱਚ ਜਿਹੜੀ ਕਿਤਾਬ ਦਾ ਸਾਈਜ਼ ਹੈ 18 ਇੰਚ ਬਾਈ 24 ਇੰਚ ਹੈਗਾ ਸੋ ਹਿਊਜ ਬੁੱਕ ਜੀ ਜੀ ਕਰੀਬ 200 ਪੇजेस ਤੋਂ ਵੱਧ ਪੇजेस ਦੀ ਕਿਤਾਬ ਹੈ ਉਹ ਤੇ ਉਹਦੇ ਵਿੱਚ ਮੋਰ ਥੈਨ 50% ਪੇजेस ਪੰਜਾਬੀ ਬਾਰੇ ਹੈਗੇ ਆ ਜਿਹੜੇ ਜਰਮਨ ਵਿੱਚ ਲਿਖੇ ਸਿਗੇ 1853 ਤੋਂ ਲੈ ਕੇ ਅੱਜ ਤੱਕ ਉਹ ਕਿਤਾਬ ਇੰਗਲਿਸ਼ ਵਿੱਚ ਟ੍ਰਾਂਸਲੇਟ ਨਹੀਂ ਹੋਈ ਹੈਗੀ ਤੇ ਜਿੰਨਾ ਜਿੰਨੇ ਵੀ ਹਿਸਟੋਰੀయన్స్ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਰੈਫਰ ਵੀ ਨਹੀਂ ਕੀਤੀ ਹੋਈ ਕਿਤਾਬ ਉਹ ਸੋ ਇਟ ਮਸਟ ਬੀ ਕੈਰੀing ਸਮ ਸਮ ਪੁਆਇੰਟ ਆਫ 视图 ਜੀ ਜੀ ਜਿਹੜਾ ਆਈ ਵਿਟਨੈਸ ਵੀ ਹੈਗੇ ਆ ਉਹ ਔਰ ਜਦੋਂ ਕਿਤਾਬ ਟ੍ਰਾਂਸਲੇਟ ਹੋਏਗੀ ਤਾਂ ਉਹ ਕੋਈ ਖੁਲਾਸਾ ਵੀ ਕਰ ਸਕਦੀ ਹੈਗੀ ਹੈ ਬਟ ਵਾਟ ਏਵਰ ਬਟ ਉਹ ਚੀਜ਼ਾਂ ਰੇਅਰ ਹੈਗੀਆਂ ਤੇ ਨਹੀਂ ਪੜੀਆਂ ਗਈਆਂ ਹੁਣ ਤੱਕ ਤੁਹਾਡੀ ਗੱਲ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿਸ ਹੱਦ ਤੱਕ ਦਾ ਕਿੱਥੋਂ ਤੱਕ ਦਾ ਪੁਰਾਣਾ ਡਾਟਾ ਤੁਸੀਂ ਕਵਰ ਕੀਤਾ ਹੋਇਆ ਤੇ ਤੁਹਾਨੂੰ ਬਹੁਤ ਮੁਸ਼ਕਲਾਂ ਆਈਆਂ ਨੇ ਅੱਛਾ ਸਰ ਜਦੋਂ ਤੁਸੀਂ ਇਸ ਚੀਜ਼ ਨੂੰ ਤਰਜਮਾ ਕਰਦੇ ਹੋ ਲੈਂਗੁਏਜ ਨੂੰ ਤਰਜਮਾ ਕਰਦੇ ਹੋ ਜਾਂ ਤੁਹਾਡੀ ਕੀ ਪ੍ਰਕਿਰਿਆ ਰਹਿੰਦੀ ਹੈ ਜਦੋਂ ਤੁਸੀਂ ਡਾਟਾ ਇਕੱਠਾ ਕਰਕੇ ਉਸ ਨੂੰ ਡਿਜੀਟਲ ਕਰਦੇ ਹੋ ਉਹਦੇ ਵਿੱਚ ਤੁਹਾਡੀ ਪ੍ਰਕਿਰਿਆ ਕੀ ਹੈ ਡਿਜੀਟਾਈਜ਼ ਕਰਨ ਦਾ ਮਤਲਬ ਹੈਗਾ ਉਹ ਕਿਸੇ ਵੀ ਐਨਲੌਗ ਚੀਜ਼ ਨੂੰ ਕਿਸੇ ਵੀ ਕਿਤਾਬ ਦੇ ਪੰਨੇ ਨੂੰ ਜੀ 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 ਕੰਪਿਊਟਰ ਦੇ ਵਿੱਚ ਲੈ ਕੇ ਆਉਣਾ ਜਦੋਂ ਅਸੀਂ ਉਹਨੂੰ ਕੰਪਿਊਟਰ 'ਚ ਲੈ ਕੇ ਆਉਂਦੇ ਆਂ ਭਾਵੇਂ ਅਸੀਂ ਉਹਦੀ ਤਸਵੀਰ ਖਿੱਚ ਰਹੇ ਆਂ ਜੀ ਭਾਵੇਂ ਅਸੀਂ ਉਹਨੂੰ ਸਕੈਨ ਕਰ ਰਹੇ ਆਂ ਜੋ ਵੀ ਇਕਵਿਪਮੈਂਟ ਵਰਤ ਰਹੇ ਆਂ ਉਹਨੂੰ ਅਸੀਂ ਕੰਪਿਊਟਰ 'ਚ ਲੈ ਕੇ ਆ ਰਹੇ ਆਂ ਖੂਬ ਹੋ ਜੀ ਜਿਵੇਂ ਉਹ ਦਿਖਦਾ ਓਦਾਂ ਹੀ ਉਹ ਕੰਪਿਊਟਰ 'ਚ ਦਿਖਣਾ ਚਾਹੀਦਾ ਹੈਗਾ ਉਹਦੀ ਅਸੀਂ ਕੋਈ ਟ੍ਰਾਂਸਲੇਸ਼ਨ ਨਹੀਂ ਕਰਦੇ ਅੱਛਾ ਜੀ ਅਸੀਂ ਉਹਦੇ ਵਿੱਚ ਕੋਈ ਚੇਂਜੇਸ ਨਹੀਂ ਕਰਦੇ ਹੈਗੇ ਜਿਵੇਂ ਉਹ ਦਿਖ ਰਿਹਾ ਹੈਗਾ ਉਸੇ ਤਰ੍ਹਾਂ ਅਸੀਂ ਉਹਨੂੰ ਬੈਕਅੱਪ ਤੱਕ ਲੈ ਕੇ ਜਾਂਦੇ ਹੈਗੇ ਆਂ ਓਕੇ ਤਾਂ ਕਿ ਉਹ ਜਿਵੇਂ ਅਸੀਂ ਦੇਖ ਰਹੇ ਆਂ ਉਸੇ ਤਰ੍ਹਾਂ ਅਗਲੀਆਂ ਜਨਰੇਸ਼ਨਸ ਦੇਖਣ ਨੋ ਸਾਡਾ ਪੁਆਇੰਟ ਆਫ 뷰 ਕੋਈ ਨਹੀਂ ਉਹਦੇ ਵਿੱਚ ਜਿਵੇਂ ਅਸੀਂ ਕਿਤਾਬ ਖੋਲੀ ਕੋਈ ਵੀ ਕਿਤਾਬ ਹੈਗੀ ਹੈ ਅਸੀਂ ਉਹ ਕਿਤਾਬ ਖੋਲੀ ਹੈਗੀ ਹੈ ਜਿਵੇਂ ਸਾਨੂੰ ਇਹ ਪੰਨੇ ਦਿਖ ਰਹੇ ਹੈਗੇ ਆ ਜੀ ਜੀ ਇੱਕ ਇੱਕ ਪੰਨਾ ਉਸੇ ਤਰ੍ਹਾਂ ਕੰਪਿਊਟਰ ਦੇ ਵਿੱਚ ਦਿਖੇਗਾ ਓਕੇ ਦਿਰਵੋਂਟ ਵੀ ਐਨੀ ਚੇਂਜ ਠੀਕ ਹੈ ਸਰ ਜਦੋਂ ਤੁਸੀਂ ਇੰਨਾ ਡਾਟਾ ਇਕੱਠਾ ਕਰਦੇ ਹੋ ਤਾਂ ਡਾਟਾ ਬੈਕਅੱਪ ਰੱਖਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਉਹਦੇ ਬਾਰੇ ਮਤਲਬ ਤੁਸੀਂ ਕੋਈ ਉਪਰਾਲਾ ਕੀਤਾ ਹੋਇਆ ਜਾਂ ਨਹੀਂ ਜਦੋਂ ਚੀਜ਼ ਡਿਜੀਟਾਈਜ਼ ਹੋ ਕੇ ਸਾਡੇ ਕੋਲ ਆਂਦੀ ਹੈ ਸਾਡੀ ਟੀਮ ਦੇ ਕੋਲ ਜਿਹੜੇ ਉਹਨੂੰ ਬੈਕਅੱਪ ਤੱਕ ਲੈ ਕੇ ਜਾਂਦੇ ਹੈਗੇ ਆ ਉਹਦੇ ਵਿੱਚ ਕਈ ਸਾਰੇ ਪ੍ਰੋਸੀਜਰ ਹੈਗੇ ਆ ਜਿਵੇਂ ਡਾਟਾ ਨੂੰ ਜਿਹੜਾ ਰੌ ਡਾਟਾ ਹੈਗਾ ਉਹਨੂੰ ਚੈੱਕ ਹੁੰਦਾ ਦੋ ਵਾਰੀ ਚੈੱਕ ਹੁੰਦਾ ਉਹ ਚੈੱਕ ਹੁੰਦਾ ਕਿ ਕੋਈ ਪੇਜ ਬਲਰ ਤਾਂ ਨਹੀਂ ਹੈਗਾ ਕਿਤੇ ਕੋਈ ਪੇਜ ਕਟਿਆ ਹੋਇਆ ਤਾਂ ਨਹੀਂ ਹੈ ਸਕੈਨਿੰਗ ਠੀਕ ਹੋਈ ਹੈ ਉਹ ਸਾਰਾ ਕੁਝ ਦੇਖਣ ਤੋਂ ਬਾਅਦ ਜੇ ਦੁਬਾਰਾ ਖਿੱਚਣ ਦੀ ਲੋੜ ਨਹੀਂ ਹੈ ਜੀ ਤਾਂ ਅਗਲਾ ਪ੍ਰੋਸੈਸ ਹੈਗਾ ਉਹਨੂੰ ਆਪਟੀਮਾਈਜੇਸ਼ਨ ਉਹਦੀ ਉਹਦੀ ਕਲੀਨਿੰਗ ਕਰਨੀ ਉਹਨੂੰ ਇੰਪਰੂਵ ਕਰਨਾ ਹੈ ਨਾ ਵਿਯੂਏਬਿਲਟੀ ਉਹਦੀ ਉਹ ਹੋਣ ਤੋਂ ਬਾਅਦ ਫਿਰ ਉਹਦੇ ਵਿੱਚ ਵਾਟਰਮਾਰਕਸ ਲੱਗਦੇ ਹੈਗੇ ਆ ਕਿ ਯੈਸ ਪੰਜਾਬ ਡਿਜੀਟਲ ਲਾਇਬ੍ਰੇਰੀ ਹੈਸ ਸੀਨ ਦਾ origignal ਡਾਕੂਮੈਂਟ ਜੀ ਤੇ ਅਸੀਂ ਉਹਨੂੰ ਡਿਜੀਟਾਈਜ਼ ਕੀਤਾ ਹੈਗਾ ਅੱਛਾ ਸਰ ਤੁਹਾਡੇ ਕੋਲ ਟੀਮ ਕਿਉਂਕਿ ਇਹ ਜੋ ਪ੍ਰੋਬਾਬਲੀ ਬਹੁਤ ਵੱਡੀ ਟੀਮ ਚਾਹੀਦੀ ਹੈ ਜਿਸ ਤਰ੍ਹਾਂ ਮੈਂ ਗੱਲ ਕਰਦਾ ਤੇ ਤੁਹਾਡੇ ਕੋਲ ਕਿੰਨੇ ਏਮਪਲੋਏ ਜਾਂ ਤੁਹਾਡੇ ਕੋਲ ਕਿੰਨੇ ਇਦਾਂ ਦੇ ਹੋਰ ਬੰਦੇ ਨੇ ਤੁਹਾਡੇ ਨਾਲ ਜਿਹੜੇ ਕੰਮ ਕਰ ਰਹੇ ਨੇ ਸਾਡਾ ਸਟਾਫ ਔਰ ਵੋਲੰਟੀਅਰਸ ਮਿਲਾ ਕੇ ਕਰੀਬ 33 34 ਮਹਿਗੇ ਆ ਮੈਂਬਰ ਜਿਹੜੇ ਚੀਜ਼ਾਂ ਨੂੰ ਸੰਭਾਲਣ ਦੇ ਵਿੱਚ ਹੈਲਪ ਕਰ ਰਹੇ ਆ ਅੱਛਾ ਸਰ ਤੁਸੀਂ ਜਦੋਂ ਇਸ ਚੀਜ਼ ਨੂੰ ਆਧੁਨਿਕ ਕਰਨ ਕਰ ਰਹੇ ਹੋ ਡਾਟਾ ਕਲੈਕਟ ਕਰ ਰਹੇ ਹੋ ਤਾਂ ਕੀ ਸਿਰਫ ਜੋ ਕਿਤਾਬਾਂ ਵਿੱਚ ਲਿਖਿਆ ਉਹੀ ਹੈ ਜਾਂ ਇਸ ਤੋਂ ਇਲਾਵਾ ਕੁਝ ਹੋਰ ਪ੍ਰੋਜੈਕਟ ਵੀ ਤੁਸੀਂ ਆਧੁਨਿਕ ਕਰਨ ਕਰ ਰਹੇ ਹੋ ਚੀਜ਼ਾਂ ਦਾ ਕਿਉਂਕਿ ਪ੍ਰੋਜੈਕਟ ਹੈਗਾ ਪੰਜਾਬ ਦੀਆਂ ਜਿਹੜੀਆਂ ਸੋਹਣੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਸੰਭਾਲਣ ਦਾ ਜੀ ਜੀ ਤੇ ਸੋਹਣੀਆਂ ਚੀਜ਼ਾਂ ਕਿਤਾਬਾਂ ਤੋਂ ਇਲਾਵਾ ਸਾਡੀ ਜਿਹੜੀ ਆਰਟ ਹੈਗੀ ਆ ਪੇਂਟਿੰਗਸ ਹੈਗੀਆਂ ਅਸੀਂ ਉਹ ਵੀ ਡਿਜੀਟਾਈਜ਼ ਕਰ ਰਹੇ ਆ ਜਿਹੜੀਆਂ ਸਾਡੀਆਂ ਸਾਡੀ ਆਰਟ ਫੁਲਕਾਰੀ ਦੇ ਵਿੱਚ ਹੈਗੀ ਆ ਅਸੀਂ ਉਹ ਵੀ ਡਿਜੀਟਾਈਜ਼ ਕਰ ਰਹੇ ਆ ਸੋ ਫੁਲਕਾਰੀ ਡਿਜੀਟਾਈਜੇਸ਼ਨ ਜਿਵੇਂ ਹੁਣ ਹੈਗੀ ਆ ਉਹ ਬੜਾ ਯੂਨੀਕ ਪ੍ਰੋਜੈਕਟ ਹੈਗਾ ਬੜਾ ਡਿਫਰੈਂਟ ਹੈਗਾ ਉਹ ਤਾਂ ਉਹਦੇ ਲਈ ਸਾਨੂੰ ਇਕਵਿਪਮੈਂਟ ਹੋਮੇ ਦਾ ਬਣਾਉਣਾ ਪਿਆ ਜਿਹੜਾ ਉਨੀ 4 ਫੁੱਟ ਬਾਈ 7 ਫੁੱਟ ਲੰਬੀ 8 ਫੁੱਟ ਲੰਬੀ ਫੁਲਕਾਰੀ ਨੂੰ ਡਿਜੀਟਾਈਜ਼ ਕਰ ਸਕੀਏ ਅਸੀਂ ਜੀ ਜੀ ਸੋ ਉਹ ਜਿਹੜੀਆਂ ਕਿਤਾਬਾਂ ਮੈਨਸਕ੍ਰਿਪਟਸ magazines ਨਿਊਜ਼ਪੇਪਰਸ ਫੋਟੋਗ੍ਰਾਫਸ ਨੈਗੇਟਿਵਸ ਪੋਜ਼ੀਟਿਵਸ ਗਲਾਸ ਪਲੇਟਸ ਟੈਕਸਟਾਈਲ ਇਹ ਸਾਰਾ ਕੁਝ ਡਿਜੀਟਾਈਜ਼ ਕਰ ਰਹੇ ਹਾਂ ओके okay. सर ਅੱਜ ਦੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਬੜਾ ਵੀ ਮਤਲਬ ਠੇਸ ਲੱਗ ਰਹੀ ਆ ਜੋ ਅੱਜ ਕੱਲ ਵੈਸਟਰਨ ਕਲਚਰ ਚੱਲਿਆ ਹੋਇਆ ਹੈ ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਤੁਸੀਂ ਇਤਿਹਾਸ ਵਿੱਚ ਕਿਹੜੀ ਕਿਹੜੀ ਕੋਈ ਇਦਾਂ ਦੀ ਮਤਲਬ ਜਾਂਚ ਕੀਤੀ ਹੈ ਜਾਂ ਜਿਸ ਕਰਕੇ ਪੰਜਾਬੀ ਭਾਸ਼ਾ ਦਾ ਕੋ ਵਧਿਆ ਜਾਂ ਰੂਪ ਜਾਂ ਹੋਰ ਅੱਗੇ ਵੱਧ ਸਕੇ ਪੰਜਾਬੀ ਭਾਸ਼ਾ ਅੱਗੇ ਵੱਧ ਸਕੇ ਉਹ ਤਾਂ ਵੱਖਰਾ ਵਿਸ਼ਾ ਹੈਗਾ ਜੀ ਬਟ ਜੋ ਕੁਝ ਅਸੀਂ ਸੰਭਾਲ ਰਹੇ ਹਾਂ ਉਹਦੇ ਵਿੱਚ ਕਈ ਚੀਜ਼ਾਂ ਬੜੀਆਂ ਇੰਟਰਸਟਿੰਗ ਦੇਖਣ ਨੂੰ ਮਿਲਦੀਆਂ ਹੈ ਜਿਹੜੀਆਂ ਟੈਕਨੋਲੋਜੀ ਦੇ ਆਉਣ ਨਾਲ ਜਿਹੜੀ ਪ੍ਰਿੰਟਿੰਗ ਟੈਕਨੋਲੋਜੀ ਸੀਗੀ ਉਹਦੇ ਆਉਣ ਨਾਲ ਇੱਕ ਵਕਤ ਤੱਕ ਰੁਕ ਗਈਆਂ ਬਟ ਹੁਣ ਉਹ ਡਿਜੀਟਲ ਡਿਜੀਟਾਈਜ਼ ਹੋਣ ਤੋਂ ਬਾਅਦ ਕਿਉਂਕਿ ਲੋਕ ਜ਼ਿਆਦਾ ਦੇਖ ਰਹੇ ਆ ਉਹਨਾਂ ਨੂੰ ਤਾਂ ਉਹ ਦੁਬਾਰਾ ਤੋਂ ਪਰਫੁੱਲਤ ਹੋ ਸਕਦੀਆਂ ਹੈਗੀਆਂ ਕਿ ਹੋਣਗੀਆਂ ਹੋ ਵੀ ਰਹੀਆਂ ਹੈਗੀਆਂ ਜਿਵੇਂ ਜਿਹੜਾ ਸਾਡਾ ਲਿਖਣ ਦਾ ਤਰੀਕਾ ਹੈਗਾ ਅਸੀਂ ਜੇ ਅੱਜ ਤੋਂ 10 ਸਾਲ ਪਹਿਲਾਂ ਦੇਖੀਏ ਤਾਂ ਪੰਜਾਬੀ ਦੇ ਬਹੁਤ ਲਿਮਿਟਡ ਫੌਂਟਸ ਮਿਲਦੇ ਸਿਗੇ। ਇੰਗਲਿਸ਼ ਦੇ ਬਹੁਤ ਮਿਲਦੇ ਸਿਗੇ। ਹੁਣ ਪਿਛਲੇ 10 ਸਾਲਾਂ ਵਿੱਚ ਪੰਜਾਬੀ ਦੇ ਵੀ ਬਹੁਤ ਫੌਂਟਸ ਆਣ ਲੱਗੇ ਆ। ਕਿਉਂਕਿ ਚੀਜ਼ਾਂ ਡਿਜੀਟਾਈਜ਼ ਹੋ ਗਈਆਂ ਤੇ ਬਹੁਤ ਸਾਰੇ ਲੋਕਾਂ ਨੂੰ ਦੇਖਣ ਨੂੰ ਮਿਲਦੀਆਂ। ਲੋਕ ਸਾਨੂੰ ਅਪਰੋਚ ਕਰਦੇ ਆ ਕਿ ਸਾਨੂੰ ਪੁਰਾਣੀ ਮੈਨੂਸਕ੍ਰਿਪਟ ਦਿਓ ਅਸੀਂ ਉਹਦੇ ਵਰਗਾ ਫੌਂਟ ਬਣਾਉਣਾ ਹੈਗਾ। ਤਾਂ ਜਿਹੜੇ ਪੁਰਾਣੇ ਫੌਂਟ ਸਗੇ ਆ ਉਹ ਪੁਰਾਣੀਆਂ ਹੱਥ ਲਿਖਤਾਂ ਵਿੱਚ ਛੁਪੇ ਪਏ ਆ। ਇਹ ਐਦਾਂ ਦੀ ਕੋਈ ਹੱਥ ਲਿਖਤ ਤੁਹਾਡੇ ਕੋਲ ਪਈਆਂ ਨੇ ਮੰਨ ਲਓ ਜੋ ਜਿਸ ਪੰਜਾਬੀ ਮੁਹਾਰਨੀ ਪੁਰਾਣੇ ਸਮੇਂ ਦੀ ਲਿਖੀ ਹੋਵੇ ਜਾਂ ਕੋਈ ਹੋਰ ਹੱਥ ਲਿਖਤਾਂ ਜਿਹੜੀਆਂ ਖੁਦ ਪੰਜਾਬੀ ਵਿੱਚ ਉਸ ਸਮੇਂ ਜਦੋਂ ਪੰਜਾਬੀ ਅਸ ਮਤਲਬ ਦਾ ਪੰਜਾਬੀ ਦਾ ਰੂਪ ਇੱਕ ਭਾਸ਼ਾ ਨੇ ਲਿਆ ਉਸ ਸਮੇਂ ਦੀਆਂ ਕੋਈ ਹੱਥ ਲਿਖਤਾਂ ਤੁਹਾਡੇ ਕੋਲ ਪਈਆਂ ਨੇ ਦੋ ਤਰ੍ਹਾਂ ਦੀਆਂ ਹੱਥ ਲਿਖਤਾਂ ਹੈਗੀਆਂ ਇੱਕ ਤਾਂ ਜਿੰਨਾ ਵਿੱਚ ਮੁਹਾਰਨੀ ਹੈਗੀ ਹੈ ਜਿੰਨਾ ਵਿੱਚ ਮੁਹਾਰਨੀ ਹੈ ਉਹ ਕਾਇਦੇ ਵਿੱਚ ਹੀ ਹੋਏਗੀ ਨਾ ਜੀ 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 ਕਾਇਦੇ ਵਿੱਚ ਹੀ ਹੋਏਗੀ ਮੁਹਾਰਨੀ ਤੇ ਕਰੀਬ 100 ਸਾਲ ਪੁਰਾਣਾ ਕਾਇਦਾ ਹੈਗਾ ਜਿਹੜਾ ਆਪਾਂ ਡਿਜੀਟਾਈਜ਼ ਕੀਤਾ ਹੈਗਾ ਜੀ ਉਹਦੇ ਵਿੱਚ ਕਰੀਬ 70 ਕ పేਜ ਦਾ ਕਾਇਦਾ ਉਹ ਗੁਰ 35 ਤੋਂ ਲੈ ਕੇ ਤੇ ਪੂਰੀ ਸੈਂਟੈਂਸ ਫਾਰਮੇਸ਼ਨ ਤੱਕ ਉਹ ਗੁਰਮੁਖੀ ਲਿਪੀ ਸਿਖਾਉਂਦਾ ਹੈਗਾ ਜੀ ਤੇ ਉਹਦੇ ਵਿੱਚ ਮੁਹਾਰਣੀ ਵੀ ਹੈਗੀ ਹੈ ਪੁਰਾਣੀ ਤੇ ਉਸ ਤੋਂ ਇਲਾਵਾ ਜਿੰਨੀਆਂ ਵੀ ਗੁਰਮੁਖੀ ਲਿਪੀ ਦੀਆਂ ਹੱਥ ਲਿਖਤਾਂ ਜੀ ਕਿਉਂਕਿ ਉਹਨਾਂ ਦੇ ਲਿਖਾਰੀ ਵੱਖਰੇ ਵੱਖਰੇ ਐ ਹਾਂਜੀ ਤਾਂ ਹੈਂਡਰਾਈਟਿੰਗ ਸਟਾਈਲ ਵੱਖਰਾ ਵੱਖਰਾ ਹੈ ਉਹ ਬੜੇ ਲੰਬੇ ਪੀਰੀਅਡ ਚ ਲਿਖੀਆਂ ਗਈਆਂ ਜੀ ਹੈਨਾ ਸਭ ਤੋਂ ਪੁਰਾਣੀ ਜਿਹੜੀ ਮੈਨਸਕ੍ਰਿਪਟ ਮੈਨੂੰ ਹੁਣ ਧਿਆਨ ਚਾਰੀ ਹੈਗੀ ਹੈ ਗੁਰਮੁਖੀ ਲਿਪੀ ਦੀ ਉਹ 1653 ਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਸੋ 1653 ਤੋਂ ਲੈ ਕੇ ਤੇ ਅੱਗੇ ਅਸੀਂ ਚੱਲੀਏ ਦਸਮ ਪਾਤਸ਼ਾਹ ਦੇ ਪੀਰੀਅਡ ਤੱਕ ਤੇ ਉਸ ਤੋਂ ਬਾਅਦ ਫਿਰ ਬਾਬਾ ਦੀਪ ਸਿੰਘ ਦੀਆਂ ਲਿਖੀਆਂ ਹੋਈਆਂ ਜਾਂ ਉਹਨਾਂ ਤੋਂ ਬਾਅਦ ਅੱਗੇ ਹੋਰ ਤਾਂ ਉਹ ਸਾਰੇ ਵੱਖਰੇ ਵੱਖਰੇ ਲਿਖਾਰੀ ਹੈਗੇ ਆ ਤੇ ਵੱਖਰੇ ਵੱਖਰੇ ਹੈਂਡਰਾਈਟਿੰਗ ਸਟਾਈਲਸ ਹੈ ਸੋ ਉਹ ਬੜੇ ਇੰਟਰਸਟਿੰਗ ਹੈਗੇ ਸਾਰੇ ਸਾਨੂੰ ਪੀਰੀਅਡ ਬਾਰੇ ਵੀ ਦੱਸਦੇ ਹੈਗੇ ਆ ਔਰ ਰੀਜਨ ਏਰੀਆ ਬਾਰੇ ਵੀ ਦੱਸਦੇ ਆ ਕਿ ਦਮਦਮਾ ਸਾਹਿਬ ਦੇ ਵਿੱਚ ਕਿਵੇਂ ਦੀਆਂ ਹੱਥ ਲਿਖਤਾਂ ਲਿਖੀਆਂ ਜਾ ਰਹੀਆਂ ਸੀਗੀਆਂ ਹੈਨਾ ਅਨੰਦਪੁਰ ਸਾਹਿਬ ਵਿੱਚ ਕਿਵੇਂ ਦੀ ਲਿਖਾਈ ਲਿਖੀ ਜਾ ਰਹੀ ਸੀਗੀ ਤੋ ਵੱਖਰੀ ਵੱਖਰੀ ਹੈਗੀ ਐ ਸਾਰੀ ਸਰ ਅੱਛਾ ਸਰ ਇਹ ਤੁਹਾਡੀ ਜੋ ਲਾਇਬ੍ਰੇਰੀ ਆ ਇਹਦੇ ਨਾਲ ਆਮ ਜਨਤਾ ਨੂੰ ਜਾਂ ਵਿਦਿਆਰਥੀ ਵਰਗ ਨੂੰ ਕਿੰਨਾ ਕੁ ਫਾਇਦਾ ਪਹੁੰਚ ਰਿਹਾ ਆ ਪਹਿਲੇ ਜਦੋਂ ਕੋਈ ਵੀ ਰਿਸਰਚ ਕਰਨੀ ਹੈਗੀ ਆ ਉਹ ਭਾਵੇਂ ਕੋਈ ਕਿੱਥੇ ਵੀ ਬੈਠਾ ਪੂਰੀ ਦੁਨੀਆ ਦੇ ਵਿੱਚ ਉਹਨੂੰ ਡਾਕੂਮੈਂਟ ਦੇ ਕੋਲ ਆਣਾ ਪੈਂਦਾ ਜੀ ਡਾਕੂਮੈਂਟ ਜੇ 10 ਦੇਖਣੇ ਹੈਗੇ ਆ 10 ਵਕਰੀਆਂ ਵਕਰੀਆਂ ਥਾਵਾਂ ਤੇ ਪਏ ਆ ਤਾਂ ਵਕਰੀਆਂ ਵਕਰੀਆਂ ਥਾਵਾਂ ਤੇ ਜਾਣਾ ਪਏਗਾ ਉਹ ਚੀਜ਼ ਹੁਣ ਖਤਮ ਹੋ ਗਈ ਹੈ ਜੀ ਫਿਰ ਪਹਿਲੇ ਟਾਈਮ ਇਥੇ ਆਉਂਦਾ ਸੀ ਕਿ ਸਵੇਰੇ ਲਾਇਬ੍ਰੇਰੀ 10 ਵਜੇ ਖੁੱਲੇਗੀ ਸ਼ਾਮੀ 5 ਵਜੇ ਬੰਦ ਹੋ ਜਾਏਗੀ ਜੀ ਤੁਸੀਂ ਉਹਨੇ ਟਾਈਮ ਲਈ ਦੇਖ ਸਕਦੇ ਹੈਗੇ ਉਹ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ ਤੁਸੀਂ ਆਪਣੇ ਘਰ ਬੈਠੇ ਹੈਗੇ ਉਹ ਘਰ ਬੈਠ ਕੇ ਤੁਹਾਡਾ ਜਿਹੜੇ ਵੇਲੇ ਦਿਲ ਕਰ ਰਿਹਾ ਹੈਗਾ ਜਿਹੜੇ ਵੇਲੇ ਪੜਨ ਦਾ ਮਨ ਹੈ ਤੁਸੀਂ ਉਸੇ ਵੇਲੇ ਕੰਪਿਊਟਰ ਖੋਲ ਕੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਆਨਲਾਈਨ ਵਿਜ਼ਿਟ ਕਰਕੇ ਤੁਸੀਂ ਉਹ ਡਾਕੂਮੈਂਟ ਚੈੱਕ ਕਰ ਸਕਦੇ ਹੈਗੇ ਹੋ ਸੋ ਉਹਨੇ ਬੜਾ ਫਰਕ ਪਾਇਆ ਹੈਗਾ ਰਿਸਰਚ ਉੱਪਰ ਇੱਕ ਹੋਰ ਮੇਜਰ ਜਿਹੜਾ ਫਰਕ ਪਿਆ ਹੈਗਾ ਉਹ ਹੈਗਾ ਕਿਉਂਕਿ ਅਸੀਂ ਡਾਕੂਮੈਂਟਸ ਨੂੰ ਸਰਚੇਬਲ ਵੀ ਕਰ ਰਹੇ ਹਾਂ ਸੋ ਜੇ ਹੁਣ ਮੈਂ ਐਗਜ਼ਾਮਪਲ ਦੇਣਾ ਕਿ ਤੁਸੀਂ ਪਿਛਲੇ 100 ਸਾਲ ਦੇ ਅਖਬਾਰ ਦੇਖਣੇ ਆ ਤੇ 100 ਸਾਲ ਦੇ ਅਖਬਾਰ ਦੇਖਣ ਲਈ ਤੁਸੀਂ ਇੱਕ ਦਿਨ ਵਿੱਚ ਕਿੰਨੇ ਅਖਬਾਰ ਪੜ ਸਕਦੇ ਹੋ ਫਿਜ਼ੀਕਲੀ ਹੈਨਾ ਅੰਮ੍ਰਿਤਸਰ ਲੱਭਣਾ ਸਾਰੇ ਅਖਬਾਰਾਂ ਦੇ ਵਿੱਚੋਂ ਬਟ ਜੇ ਉਹ ਡਿਜੀਟਾਈਜ਼ਡ ਹੈਗੇ ਆ ਕੰਪਿਊਟਰ 'ਚ ਹੈਗੇ ਆ ਤੁਸੀਂ 1 ਘੰਟੇ ਵਿੱਚ 100 ਸਾਲ ਦੇ ਅਖਬਾਰਾਂ ਵਿੱਚੋਂ ਅੰਮ੍ਰਿਤਸਰ ਵਰਡ ਕਦੋਂ-ਕਦੋਂ ਕਿੱਥੇ-ਕਿੱਥੇ ਕਿਸ ਕੰਟੈਕਸਟ ਵਿੱਚ ਆਇਆ ਤੁਹਾਡੇ ਕੋਲ ਸਾਰੇ ਰਿਜ਼ਲਟ ਆ ਜਾਣਗੇ ਸੋ ਵਿਦਨ ਅ ਵਿਦਨ ਅ ਡੇ অর 2 ਡੇਸ ਤੁਸੀਂ 100 ਸਾਲ ਦੇ ਅਖਬਾਰਾਂ ਵਿੱਚ ਰਿਸਰਚ ਕਰ ਸਕਦੇ ਹੈਗੇ ਉਹ ਬਹੁਤ ਵਧੀਆ ਅੱਛਾ ਸਰ ਤੁਹਾਡੇ ਅੱਗੇ ਹੋਰ ਕੀ ਪ੍ਰੋਜੈਕਟ ਨੇ ਕਿਉਂਕਿ ਐਡਾ ਵੱਡਾ ਉਪਰਾਲਾ ਕਰਨਾ ਜਾਂ ਇੰਨਾ ਇਤਿਹਾਸ ਇਕੱਠਾ ਕਰਨਾ ਕੋਈ 2 ਜਾਂ 3 ਸਾਲਾਂ ਦਾ ਕੰਮ ਤਾਂ ਨਹੀਂ ਹੈਗਾ ਬਹੁਤ ਲੰਬਾ ਅਰਸਾ ਲੱਗੇਗਾ ਤੇ ਬਹੁਤ ਲੰਬਾ ਅਰਸਾ ਲੱਗੇਗਾ ਅੱਛਾ ਇਸ ਤੋਂ ਅੱਗੇ ਤੁਸੀਂ ਹੋਰ ਕੀ ਕੀ ਪ੍ਰੋਜੈਕਟ ਕਰੋਗੇ ਇਸੇ ਹੀ ਫੀਲਡ 'ਚ ਹੁਣ ਤੱਕ ਅਸੀਂ 17 ਮਿਲੀਅਨ ਪੇਜ ਡਿਜੀਟਾਈਜ਼ ਕੀਤੇ ਆ ਗਏ ਆ ਸਾਡੇ ਕੋਲ ਕਰੀਬ 60 ਮਿਲੀਅਨ ਪੇजेस ਦੀ ਇਨਫੋਰਮੇਸ਼ਨ ਪਈ ਹੈ ਕਿ ਉਹ ਐਗਜ਼ਿਸਟ ਕਰਦੇ ਹੈਗੇ ਆ ਜਾਂ ਸਾਡੇ ਕੋਲ ਪਰਮਿਸ਼ਨਸ ਹੈਗੀਆਂ ਉਹਨਾਂ ਨੂੰ ਡਿਜੀਟਾਈਜ਼ ਕਰਨ ਦੀਆਂ ਅਸੀਂ ਹਰ ਰੋਜ਼ ਔਨ ਐਨ ਐਵਰੇਜ 10000 ਪੇਜ ਡਿਜੀਟਾਈਜ਼ ਕਰਦੇ ਹਾਂ ਜੀ ਤੇ ਸਾਨੂੰ ਕਰੀਬ 40 ਸਾਲ ਲੱਗਣਗੇ ਉਹਨਾਂ ਨੂੰ ਕੰਪਲੀਟ ਕਰਨ ਵਾਸਤੇ ਸੋ ਇੱਕ ਤਾਂ ਮੇਜਰ ਉਹੀ ਹੈਗਾ ਠੀਕ ਹੈ ਸਰ ਤੇ ਦੂਸਰਾ ਹੈਗਾ ਕਿ ਹੋਰ ਅਸੀਂ ਲੱਭਦੇ ਰਹੀਏ ਜੀ 60 ਮਿਲੀਅਨ ਇਜ਼ ਨੋਟ ਦ ਐਂਡ ਜੀ ਬਿਲਕੁਲ ਹੈਨਾ ਆਈ ਏਮ ਸ਼ੋਰ ਕਿ ਹਲੇ ਘੱਟੂ ਘੱਟ 600 ਮਿਲੀਅਨ ਹੋਰ ਪੇਜ ਅਸੀਂ ਲੱਭ ਲਵਾਂਗੇ ਜੀ ਤੇ ਉਹ ਬਹੁਤ ਲੰਬਾ ਪ੍ਰੋਜੈਕਟ ਹੈਗਾ 10000 ਪੇजेस ਅ ਡੇ ਤੋਂ ਸਾਨੂੰ 1 ਲੱਖ ਪੇजेस ਅ ਡੇ ਤੱਕ ਜਾਣ ਦੀ ਲੋੜ ਹੈਗੀ ਹੈ ਬਟ ਉਹ ਉਹ ਉਪਰਾਲਾ ਚੱਲਦਾ ਰਹੇਗਾ ਨਾਲ ਨਾਲ ਉਹਦੇ ਨਾਲ ਅਸੀਂ ਆਊਟਰੀਚ ਐਕਟੀਵिटीज ਵਧਾ ਰਹੇ ਹੈਗੇ ਆ ਜਿਸ ਦੇ ਨਾਲ ਅਸੀਂ ਬੱਚਿਆਂ ਨਾਲ ਇੰਟਰੈਕਟ ਜ਼ਿਆਦਾ ਕਰੀਏ ਕਿਉਂਕਿ ਕਈ ਕਈ ਸਾਲ ਲੱਗਣੇ ਹਨ ਮੇਬੀ ਇਹ ਸੈਂਚਰੀ ਮੇਬੀ 60 ਸਾਲ 70 ਸਾਲ ਲੱਗਣੇ ਹੈਗੇ ਸਾਰਾ ਕੁਝ ਡਿਜੀਟਾਈਜ਼ ਹੋਣ ਵਾਸਤੇ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੱਚੇ ਹੁਣੇ ਛੋਟੇ ਹੈਗੇ ਆ ਪੜ ਰਹੇ ਆ ਉਹਨਾਂ ਨੂੰ ਅਸੀਂ ਨਾਲ-ਨਾਲ ਮੋਟੀਵੇਟ ਕਰੀਏ ਤਾਂ ਕਿ ਉਹ ਜਿਵੇਂ-ਜਿਵੇਂ ਵੱਡੇ ਹੋਣ ਉਹ ਇਸ ਪ੍ਰੋਜੈਕਟ ਨੂੰ ਟੇਕ ਅਪ ਕਰ ਸਕਣ ਓਨ ਕਰ ਸਕਣ ਜਾਂ ਐਵੇਂ ਦੇ ਹੋਰ ਪ੍ਰੋਜੈਕਟਸ ਖੜੇ ਕਰ ਸਕਣ ਸੋ ਉਹ ਬੱਚਿਆਂ ਨਾਲ ਅਸੀਂ ਆਊਟਰੀਚ ਐਕਟੀਵਿਟੀਆਂ ਵਧਾ ਰਹੇ ਆ ਆਪਣੀਆਂ अच्छा सर मेरा लास्ट सवाल है जी ਤੁਹਾਡੀ ਲਾਇਬ੍ਰੇਰੀ ਲਈ اچھا ਕੁਝ ਐਦਾਂ ਦੇ ਦਸਤਾਵੇਜ਼ ਜਾਂ ਖਰੜੇ ਤੁਹਾਡੇ ਕੋਲ ਜ਼ਰੂਰ ਹੋਣਗੇ ਜਿਨ੍ਹਾਂ ਨੂੰ ਸ਼ਾਇਦ ਗੁਪਤ ਰੱਖਣ ਦੀ দাবী ਹੋਵੇਗਾ ਤਾਂ ਗੁਪਤ ਰੱਖਿਆ ਗਿਆ ਹੋਊਗਾ ਤੇ ਜਦੋਂ ਐਦਾਂ ਦਾ ਕੋਈ ਮੰਨ ਲਓ ਤੁਹਾਡੇ ਕੋਲ ਬੈਂਕ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ ਇੱਕ ਬੈਂਕ ਆਹੇ ਜਦੋਂ ਐਦਾਂ ਦਾ ਕੋਈ ਸੱਜਣ ਜਾਂ ਕੋਈ ਰਿਸਰਚਰ ਤੁਹਾਡੇ ਕੋਲ ਆ ਕੇ ਡਾਟਾ ਤੁਹਾਨੂੰ ਦੇ ਕੇ ਜਾਂਦਾ ਤਾਂ ਉਸ ਨੂੰ ਸਾਂਭ ਕੇ ਰੱਖਣ ਦੀ ਪ੍ਰਕਿਰਿਆ ਤੁਹਾਡੀ ਕੀ ਹੁੰਦੀ ਹੈ ਸਾਡੇ ਜਿਹੜੀ ਬੈਕਅੱਪ ਪਾਲਿਸੀ ਹੈਗੀ ਹੈ ਉਹ ਅਸੀਂ ਜਿੰਨੇ ਵੀ ਹੁਣੇ ਤੱਕ মিডিਆਜ਼ ਅਵੇਲੇਬਲ ਹੈਗੇ ਆ ਜਿਵੇਂ ਡੀਵੀਡੀ ਹਾਰਡ ਡਿਸਕ ਜਾਂ ਐਲਟੀਓ ਟੇਪ ਉਹਨਾਂ ਤਿੰਨਾਂ ਦੇ ਵਿੱਚ ਅਸੀਂ ਡਾਟਾ ਬੈਕਅੱਪ ਲੈਂਦੇ ਹਾਂ ਇਨ ਮਲਟੀਪਲਸ ਜੀ ਮਤਲਬ ਇੱਕ ਡੀਵੀਡੀ ਨਹੀਂ ਹੋਏਗੀ ਮਲਟੀਪਲ ਡੀਵੀਡੀਜ਼ ਹੋਣਗੀਆਂ ਉਵੇਂ ਹਾਰਡ ਡਿਸਕ ਵੀ ਮਲਟੀਪਲ ਹੋਣਗੀਆਂ ਤੇ ਉਹਨਾਂ ਨੂੰ ਵੱਖਰੇ ਵੱਖਰੇ ਥਾਵਾਂ ਵਿੱਚ ਵੱਖਰੇ ਵੱਖਰੇ ਦੇਸ਼ਾਂ ਵਿੱਚ ਰੱਖਿਆ ਜਾਂਦਾ ਹੈਗਾ ਅੱਛਾ ਜੀ ਫਾਰ देयर ਸਿਕਿਉਰਿਟੀ ਤੇ ਜਿਹੜੀ ਡਾਟਾ ਬੈਂਕ ਦੀ ਗੱਲ ਕਰ ਰਹੇ ਸੀਗੇ ਤੁਸੀਂ ਸਾਨੂੰ ਵੱਖਰੇ ਵੱਖਰੇ ਲੋਕ ਵੱਖਰੇ ਵੱਖਰੇ ਕਿਸਮ ਦੇ ਆਪਣਾ ਡਾਟਾ ਸਾਨੂੰ ਦਿੰਦੇ ਹੈਗੇ ਹਨਾ ਡਿਜੀਟਲ ਫਾਰਮ ਵਿੱਚ ਜਾਂ ਐਨਲੌਗ ਫਾਰਮ ਵਿੱਚ ਜਿਵੇਂ ਅਸੀਂ ਡਿਜੀਟਲ ਕਰਦੇ ਹੈਗੇ ਆ ਤੇ ਉਹਨਾਂ ਦੀਆਂ ਜੋ ਵੀ ਕੰਡੀਸ਼ਨਸ ਹੈਗੀਆਂ ਕਿ ਇਹਨੂੰ ਅਸੀਂ 10 ਸਾਲਾਂ ਬਾਅਦ ਪਬਲਿਕ ਕਰਨਾ ਹੈ ਜਾਂ 2 ਸਾਲਾਂ ਬਾਅਦ ਕਰਨਾ ਹੈ ਜਾਂ ਹੁਣੇ ਕਰਨਾ ਹੈ ਜਾਂ ਕਦੀ ਵੀ ਨਹੀਂ ਕਰਨਾ ਉਹ ਸਾਰੀਆਂ ਅਸੀਂ ਟੇਕ ਕੇਅਰ ਕਰਦੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਹੀ ਅਸੀਂ ਡਾਟਾ ਪਬਲਿਕ ਕਰਦੇ ਆ ਸੋ ਕਿਸੇ ਦਾ ਕੋਈ ਪਰਸਨਲ ਡਾਟਾ ਵੀ ਹੋ ਸਕਦਾ ਹੈ ਜੀ ਬਿਲਕੁਲ ਜਿਹਦਾ ਸੋਸਾਇਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਨਾਂ ਦਾ ਫੈਮਿਲੀ ਮਟੀਰੀਅਲ ਹੈਗਾ ਉਹ ਉਹ ਵੀ ਸਾਡੇ ਕੋਲ ਆਪਣਾ ਡਿਜੀਟਲ ਡਾਟਾ ਸੇਫਲੀ ਰੱਖ ਸਕਦੇ ਹੈਗੇ ਆ ਸੋ ਇਹ ਸੀ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਡਿਜੀਟਲ ਲਾਇਬ੍ਰੇਰੀ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਤੇ ਤੁਹਾਨੂੰ ਦੱਸਿਆ ਸੋ ਅਗਲੀ ਵਾਰ ਮਿਲਦੇ ਹਾਂ ਇੱਕ ਨਵੇਂ ਹੀ ਅੰਦਾਜ਼ ਵਿੱਚ ਇੱਕ ਨਵੇਂ ਹੀ ਟੌਪਿਕ ਨਾਲ ਸਪੋਕਸਮੈਨ ਟੀਵੀ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ